ਸਮਾਣਾ ਦਾ ਸਰਕਾਰੀ ਹਸਪਤਾਲ ਜਿਹੜਾ 1997 ਦੇ ਵਿੱਚ ਇਹ ਨਵੀਂ ਬਿਲਡਿੰਗ ਦੇਖੋ ਤੁਸੀਂ, 5 ਕਰੋੜ ਦੀ ਲਾਗਤ ਨਾਲ ਇਹ ਬਿਲਡਿੰਗ ਬਣਾਈ ਗਈ ਸੀ। ਇਸ ਇਮਾਰਤ ਦੇ ਵਿੱਚ ਅੱਜ ਤੱਕ ਇੰਨੇ ਸਾਲਾਂ ਦੇ ਵਿੱਚ ਕਰੀਬ 28-30 ਸਾਲ ਹੋ ਗਏ। ਇਸ ਹਸਪਤਾਲ ਦੇ ਵਿੱਚ ਪੂਰਾ ਡਾਕਟਰ, ਪੂਰਾ ਮੈਡੀਕਲ ਸਟਾਫ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ। ਜਣੇਪੇ ਵਾਲੀ ਜਿਹੜੀ ਔਰਤਾਂ ਇੱਥੇ ਆਉਂਦੀਆਂ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਪਟਿਆਲੇ, ਉਹ ਜਿਨ੍ਹਾਂ ਦਾ ਸਿਜੇਰੀਅਨ ਹੋਣਾ, ਸਿਜੇਰੀਅਨ ਰਾਹੀਂ ਜਣੇਪਾ ਹੋਣਾ, ਉਹਦੇ ਇੱਥੇ ਬੇਹੋਸ਼ੀ ਦਾ ਡਾਕਟਰ ਹੀ ਨਹੀਂ ਹੈ। ਔਰ ਨਰਸਾਂ ਦੀ ਘਾਟ ਹੈ, ਲੇਬਰ ਰੂਮ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ, ਅਸੀਂ ਹੁਣ ਦੇਖਿਆ ਵੀ ਲੇਬਰ ਰੂਮ ਦੇ ਵਿੱਚ ਵੀ ਨਰਸਾਂ ਨਹੀਂ ਹੈ। ਔਰ ਡਾਕਟਰਾਂ ਦਾ ਇੱਥੇ ਲਗਾਤਾਰ ਤਬਾਦਲੇ ਹੋਣਾ, ਇਸ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। 1 ਮਹੀਨੇ ਦੇ ਵਿੱਚ 100 ਤੋਂ ਵੱਧ ਇੱਥੇ ਡਿਲੀਵਰੀਆਂ ਹੋ ਰਹੀਆਂ, ਲੇਕਿਨ ਡਾਕਟਰਾਂ ਦੀ ਘਾਟ ਕਰਕੇ ਹਰ ਵਿਅਕਤੀ ਇੱਥੇ ਪਰੇਸ਼ਾਨ ਹੈ। ਖਾਲੀ ਸਮਾਣਾ ਇਲਾਕਾ ਹੀ ਨਹੀਂ, ਸਤਰਾਣਾ, ਪਾਤੜਾਂ ਅਤੇ ਖਨੌਰੀ ਤੱਕ ਦੇ, ਔਰ ਕੈਥਲ ਜ਼ਿਲ੍ਹੇ ਤੱਕ ਕੇ ਮਰੀਜ਼ ਇਸ ਹਸਪਤਾਲ 'ਚ ਆਉਂਦੇ ਹਨ, ਲੇਕਿਨ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਇਹ ਸਮਾਣਾ ਕਾ ਸਰਕਾਰੀ ਹੋਸਪਿਟਲ ਹੋ ਰਿਹਾ। ਜਿਹੜੀ ਮਰਜ਼ੀ ਸਰਕਾਰ ਆਈ ਹੈ, ਭਾਵੇਂ ਕਾਂਗਰਸ ਕੀ ਸੀ, ਅਕਾਲੀ ਦਲ ਦੀ ਸੀ, ਹੁਣ ਇਸ ਮੌਜੂਦਾ ਸਰਕਾਰ ਹੈ, ਇਸ ਹਸਪਤਾਲ ਦੇ ਵਿੱਚ ਜਿਹੜੀ ਕਮੀਆਂ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਨਾਕਾਮ ਰਹੀਆਂ ਹਨ। ਲੋਕ ਮੰਗ ਕਰ ਰਹੇ ਹੈ ਇਸ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਤੈਨਾਤੀ ਤੁਰੰਤ ਕੀਤੀ ਜਾਵੇ ਤਾਂ ਕਿ ਗਰੀਬ ਲੋਕਾਂ ਨੂੰ ਰਾਹਤ ਮਿਲ ਸਕੇ। ਬਾਬੂ ਰਾਮ, ਅਮਾਮ ਨਗਰ ਨਿਜ਼ਾਮਨੀ ਵਾਲਾ। ਹਾਂਜੀ, ਮੈਂ ਅੱਖ ਦਾ ਆਪਰੇਸ਼ਨ ਕਰਾਉਣਾ ਜੀ। ਕਿੰਨੇ ਦਿਨ ਗੇੜੇ ਮਾਰਦੇ? 2 ਮਹੀਨਿਆਂ ਦਾ ਗੇੜ ਹੋ। ਕੀ ਕਹਿੰਦੇ ਤੁਹਾਨੂੰ? ਕਹਿੰਦੇ ਕਿ ਲਾਰੇ ਲੱਪੇ ਆਉਂਦਾ ਹੀ ਨਹੀਂ, ਕੋਈ ਡਾਕਟਰ ਹੀ ਨਹੀਂ ਬੈਠਦਾ। ਅੱਛਾ, ਜੇ ਬੈਠਦਾ ਤਾਂ ਕਹਿੰਦਾ ਟਾਈਮ ਨਹੀਂ, ਐਮਰਜੈਂਸੀ 'ਚ ਬੈਠੇ ਹਾਂ ਜੀ, ਅੱਜ ਫਲਾਣਾ ਜੀ, ਢੰਗਾਣਾ ਜੀ। 2 ਮਹੀਨੇ ਹੋ ਗਏ ਖੱਜਲ ਹੋ ਰਹੇ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਕੁਛ ਨਹੀਂ, ਵਿਹਲੇ ਹੀ ਹਾਂ ਜੀ, ਮਜ਼ਦੂਰੀ ਕਰਦਾ ਸੀ। ਮਜ਼ਦੂਰੀ ਕਰਦੇ ਹੋ? ਹਾਂ। ਅੱਖ ਨੂੰ ਦਿੱਕਤ ਕੀ ਆ ਰਹੀ ਹੈ ਤੁਹਾਨੂੰ? ਮਾਸ ਜਿਹਾ ਵਧਿਆ ਹੋਇਆ ਜੀ। ਆਪਰੇਸ਼ਨ ਹੋਣਾ ਹੈ? ਹਾਂ ਜੀ। ਪਰ ਇਹ ਪਰਚੀ ਹੈ ਤੁਹਾਡੇ ਕੋਲ? ਪਰਚੀ ਫਾਈਲ ਸਾਰੀ ਡਾਕਟਰ ਕੋਲ ਤਿਆਰ ਹੋ ਗਈ ਸੀ, ਫਾਈਲ ਵੀ ਉੱਥੇ ਪਈ ਹੈ। ਬਸ ਲਾਰੇ ਬੁੱਤੇ ਲਾਈ, ਇਹ ਡਾਕਟਰ ਨਹੀਂ ਹੈਗੇ ਜੀ, ਫਲਾਣਾ ਹੈ ਜੀ, ਹੜਤਾਲ ਹੈ ਜੀ, ਬਸ ਨਰਸਾਂ ਚਾਹੀਦੀਆਂ। ਨਹੀਂ ਵੀਰ ਜੀ, ਇੱਥੇ ਕੋਈ ਨਹੀਂ ਨਰਸ ਹੈ, ਇੱਥੇ ਫਿਰ 2 ਹੈ ਸਟਾਫ ਹੈ ਇਸ ਟਾਈਮ, ਅਤੇ ਹੁਣ ਇਹ ਫਿਰ ਹਾਲ ਤਾਂ ਮੋਰਨਿੰਗ ਮੈਂ ਇਕੱਲੀ ਹੁੰਦੀ ਹਾਂ, ਕੋਈ ਵੀ ਨਹੀਂ ਹੁੰਦਾ, ਨਾ ਕੋਈ ਵੀ ਨਹੀਂ ਹੁੰਦਾ, ਕੋਈ ਹੈ ਅਤੇ ਕੋਈ ਇੱਥੇ ਵੀ ਆ, ਬੀਵੀ ਵਾਲੇ ਵੀ ਮੇਰੇ ਕੋਲ ਆਉਂਦੇ ਹਨ, ਧੜਕਣ ਵਾਲੇ ਵੀ ਮੇਰੇ ਕੋਲ ਆਉਂਦੇ ਹਨ, ਡਿਲੀਵਰੀਆਂ ਵੀ ਮੇਰੇ ਕੋਲ ਆਉਂਦੀਆਂ ਹਨ। ਸਟਾਫ ਦੇ ਇੰਨੀ ਤੰਗੀ ਹੈਗੀ, ਕੋਈ ਇੱਥੇ ਗੱਲ ਤਾਂ ਸੁਣਦਾ ਨਹੀਂ ਹੈ। ਅਸੀਂ ਤਾਂ ਕਈ ਕਈ ਵੀ ਦੇਖ ਲਿਆ, ਸਿੱਧੂ ਉੱਤੇ ਵੀ ਆਇਆ ਸੀ, ਬਲਵੀਰ ਸਿੰਘ ਸਿੱਧੂ, ਅਸੀਂ ਉਹਨਾਂ ਨੂੰ ਵੀ ਕਿਹਾ ਸੀ, ਸਿਵਰ ਸੱਜਣ ਆਇਆ ਸੀ, ਅਸੀਂ ਉਹਨਾਂ ਨੂੰ ਵੀ ਕਿਹਾ ਸੀ, ਕਹਿੰਦੇ ਵੀ ਨਹੀਂ ਸਰ ਕੋਈ ਗੱਲ ਨਹੀਂ, ਤੁਸੀਂ ਆਪਣਾ ਕੰਮ ਦੇਖੋ, ਅਸੀਂ ਆ ਜਾਵਾਂਗੇ। ਸਾਨੂੰ ਤਾਂ ਜ਼ਿਆਦਾ ਕਮ ਸੇ ਕਮ ਇੰਨਾ ਬੜਾ ਹੋਸਪਿਟਲ 10 ਤਾਂ ਚਾਹੀਏ ਆਪਾਂ ਨੂੰ, ਮਾਮੂਲੀ ਜੀ ਹੈ। 24 ਦੀ ਪੋਸਟ ਹੈ। ਹੈਂ ਕਿੰਨੀ ਇਸ ਤੋਂ? 2 ਫਿਲਹਾਲ ਤਾਂ ਲੇਬਰ ਰੂਮ ਤਾਂ 2 ਹੀ ਨੇ ਸਾਡੇ ਕੋਲ। ਜਸਵੀਰ ਕੌਰ ਹੈ। ਅਸੀਂ ਤਾਂ ਇਹ ਕਹਿ ਸਕਦੇ ਹਾਂ ਪਟਿਆਲੇ ਹੋਣਾ ਨਹੀਂ ਚਾਹੀਦਾ, ਇੱਥੇ ਹੋਣਾ ਚਾਹੀਦਾ, ਜੇ ਹੁਣ ਜਿਹੜਾ ਵੀ ਮਰੀਜ਼ ਆਵੇ ਨਾ ਇੱਥੇ ਹੀ ਹੋਣਾ ਚਾਹੀਦਾ, ਕਿਉਂਕਿ ਗਰੀਬ ਹੁੰਦਾ ਹੈਗਾ, ਉਹ ਵਿਚਾਰ ਕਿਵੇਂ ਇੰਨੀ ਦੂਰ ਹੋਣ ਜਾਣ, ਪਟਿਆਲੇ ਔਖਾ ਹੁੰਦਾ ਹੈਗਾ, ਇਸ 'ਤੇ ਇੱਥੇ ਠੀਕ ਹੈਗਾ, ਉਹ ਪਟਿਆਲੇ ਤਾਂ ਕੋਈ ਜਾਵੇ ਹੀ ਨਾ। ਮਰੀਜ਼ ਆਪਣੇ ਕੋਲ ਸਮਾਣਾ ਦੇ ਆਉਂਦੇ ਹੈ, ਸ਼ੁਤਰਾਣਾ ਦੇ, ਥੋੜ੍ਹੇ ਪਾਤੜਾਂ ਦੇ ਵੀ ਆਉਂਦੇ ਹੈ, ਬਿਕੋਜ਼ ਉੱਥੇ ਵੀ ਕੋਈ ਡਾਕਟਰ ਨਹੀਂ ਹੈਗੇ, ਤਾਂ ਇਹ ਸਾਰੇ ਇੱਥੋਂ ਦੇ 100 ਦੇ ਆਸ ਪਾਸ ਦੀ ਡਿਲੀਵਰੀਜ਼ ਮੇਰੇ ਕੋਲ ਹੋ ਜਾਂਦੀਆਂ, ਔਰ ਉਹਨਾਂ ਵਿੱਚੋਂ 20 ਤੋਂ 30 ਤੱਕ ਓਪਰੇਸ਼ਨ ਹੁੰਦੇ ਹੈ, ਸਿਜ਼ੇਰੀਅਨ 20 ਤੋਂ 30 ਦੇ ਵਿੱਚ ਹੋ ਜਾਂਦੇ ਹੈ। ਬੇਹੋਸ਼ੀ ਵਾਲੇ ਡਾਕਟਰ ਸਾਹਿਬ ਦੀ 1 ਦੀ ਟ੍ਰਾਂਸਫਰ ਹੋ ਗਈ ਹੈ, ਦੂਸਰੇ ਡਾਕਟਰ ਸਾਹਿਬ ਆਪਣਾ ਟੈਨਿਓਰ ਪੂਰਾ ਕਰਨ ਰਜਿੰਦਰਾ ਹੋਸਪਿਟਲ ਗਏ ਹੋਏ ਹੈ, ਜਿਹੜੇ ਕਿ 2 ਮਹੀਨੇ ਬਾਅਦ ਇੱਥੇ ਵਾਪਸ ਆ ਜਾਣਗੇ, 1.5 ਮਹੀਨੇ ਬਾਅਦ, ਔਰ ਡਾਕਟਰ ਸਾਹਿਬ ਦੀ ਟ੍ਰਾਂਸਫਰ ਹੋਏ ਨੂੰ 1 ਹਫ਼ਤਾ ਹੋ ਗਿਆ। ਉਸ ਤੋਂ ਬਾਅਦ ਸਾਡੇ ਕੋਲ 1 ਬੇਹੋਸ਼ੀ ਦੇ ਡਾਕਟਰ ਡਿਊਟੀ 'ਤੇ ਆਏ ਸੀਗੇ 1 ਦਿਨ ਵਾਸਤੇ, ਬਟ ਉਸ ਤੋਂ ਬਾਅਦ ਫਿਰ ਅਸੀਂ ਰੋਜ਼ ਲੈਟਰ ਲਿਖ ਦਿੰਦੇ ਹਾਂ, ਸਿਵਲ ਸਰਜਨ ਸਰ ਨੂੰ ਵੀ ਲਿਖ ਰਹੇ ਹਾਂ ਕਿ ਸਾਡੇ ਇੱਥੇ ਕਿਸੇ ਦੀ ਡਿਊਟੀ ਲਗਾਈ ਜਾਵੇ, ਆਰਜੀ ਤੌਰ 'ਤੇ ਜਾਂ ਕਿਸੇ ਦੀ 1-2 ਦਿਨ ਵਾਸਤੇ
ਹਫ਼ਤੇ ਵਿੱਚ ਡਿਊਟੀ ਲਗਾਈ ਜਾਵੇ, ਪਰ ਹਾਲੇ ਤੱਕ ਡਿਊਟੀ ਲੱਗੀ ਨਹੀਂ ਹੈ। ਹਾਂ, ਸਾਨੂੰ ਹੁਣ ਇਸ ਫਿਲਹਾਲ ਤਾਂ ਜਿਹੜੇ ਕੇਸ ਹੁੰਦੇ ਆ ਉਹ ਸਾਨੂੰ ਮਾਤਾ ਕੌਸ਼ਲਿਆ ਹੋਸਪਿਟਲ ਜਾਂ ਰਜਿੰਦਰਾ ਹੋਸਪਿਟਲ ਰੈਫਰ ਕਰਨੇ ਪੈ ਰਹੇ ਹੈ। ਜਿਹੜੇ ਦੇਖੋ 9 ਮਹੀਨੇ ਤੋਂ ਇੱਥੇ ਦਿਖਾ ਰਹੇ ਨੇ ਉਹ ਇੱਕਦਮ ਉਹਨਾਂ ਨੂੰ ਜੇ ਰੈਫਰ ਕਰਨਾ ਪੈਂਦਾ ਤਾਂ ਤਕਲੀਫ ਤਾਂ ਸਭ ਨੂੰ ਹੁੰਦੀ ਹੈ, ਪਰ ਹੁਣ ਜਦੋਂ ਤੱਕ ਬੇਹੋਸ਼ੀ ਦੇ ਡਾਕਟਰ ਸਾਹਿਬ ਦੀ ਕਿਸੇ ਦੀ ਡਿਊਟੀ ਨਹੀਂ ਲੱਗਦੀ ਹੈ ਉਦੋਂ ਤੱਕ ਨਹੀਂ। ਉਹ ਸਮਝਦੇ ਹੈ ਕਿ ਕੋਈ ਡਾਕਟਰ ਨਹੀਂ ਹੈ, ਮੈਡਮ ਦਾ ਤਾਂ ਕੋਈ ਕਸੂਰ ਹੈ ਨਹੀਂ ਇਸ ਵਿੱਚ, ਕਿਉਂਕਿ ਮੈਂ ਤਾਂ ਆਪਣੀ ਡਿਊਟੀ 'ਤੇ ਬੈਠੀ ਹੋਈ ਹਾਂ, ਪਰ ਲੜਦੇ ਇਸ ਵਾਸਤੇ ਤਾਂ ਨਹੀਂ ਹੈ ਉਹਨਾਂ ਵਿੱਚ, ਇਸ ਵਿੱਚ ਤਾਂ ਕੋਈ ਕੁਛ ਨਹੀਂ ਕਰ ਸਕਦਾ ਜੇ ਆਪਣੇ ਕੋਲ ਡਾਕਟਰ ਸਾਹਿਬ ਇੱਥੇ ਹੈ ਨਹੀਂ ਤਾਂ, ਪਰ 1-2 ਦਿਨ ਵਿੱਚ ਉਮੀਦ ਹੈ ਸ਼ਾਇਦ ਕਿਸੇ ਦੀ ਡਿਊਟੀ ਲੱਗ ਜਾਵੇ ਤਾਂ। ਟਿਵਾਣਾ ਸਾਹਿਬ ਸਰਕਾਰੀ ਹੋਸਪਿਟਲ ਦੇ ਵਿੱਚ ਜਿਹੜਾ ਬੇਹੋਸ਼ੀ ਦਾ ਡਾਕਟਰ ਹੈ ਉਹ ਨਹੀਂ ਹੈ, ਨਰਸਿੰਗ ਨਹੀਂ ਹੈ, ਜਣੇਪੇ ਵਾਲਾ ਰੂਮ ਖਾਲੀ ਪੜਿਆ, ਮੰਨ ਲਓ ਕੋਈ ਡਿਲੀਵਰੀ ਹੋ ਗਈ, ਕੀ ਹਾਲਾਤ ਹੋਣੇ? ਇਹ ਸਰ ਦੇਖੋ ਸਾਡੇ ਧਿਆਨ 'ਚ ਕੱਲ ਹੀ ਆਇਆ ਅਤੇ ਅੱਜ ਸਾਡੀ ਸਿਵਲ ਸਰਜਨ ਸਾਹਿਬ ਦੇ ਨਾਲ ਗੱਲ ਹੋਈ ਹੈ ਅਤੇ ਉਹ ਜਲਦੀ ਅੱਜ ਹੀ ਡੈਪੂਟੇਸ਼ਨ ਇੱਥੇ ਐਨਸਥੀਸੀਆ ਦੇ ਡਾਕਟਰ ਦੀ ਕਰਕੇ ਦੇ ਰਹੇ ਨੇ, ਅਤੇ ਬਾਕੀ ਵੀ ਜਿਹੜਾ ਸਟਾਫ ਦੀ ਕੋਈ ਕਮੀ ਹੈਗੀ ਹੈ ਉਹਦੇ 'ਤੇ ਵੀ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਬੇਨਤੀ ਕੀਤੀ ਹੈ, ਮੰਤਰੀ ਸਾਹਿਬ ਨੇ ਵੀ ਹੈਲਥ ਮਿਨਿਸਟਰ ਸਾਹਿਬ ਨੂੰ ਕਿਹਾ ਉਹ ਜਲਦੀ ਜਿਹੜੇ ਸਟਾਫ ਦੀ ਕਮੀ ਹੈ ਉਹ ਅਸੀਂ ਪੂਰੀ ਕਰਾਂਗੇ, ਅਸੀਂ ਵਚਨਬੱਧ ਹਾਂ ਹੋਸਪਿਟਲ ਦੇ ਸੁਧਾਰ ਵਾਸਤੇ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।